ਬਿਸਮਿਲ੍ਲਾ ਰਹਿਮਾਨ ਰਹੀਮ। ਕੀ ਹਾਲ ਮੇਰੇ ਭੈਣਾਂ ਅਤੇ ਭਾਈਆਂ ਦਾ? ਉਮੀਦ ਕਰਨਾ ਤੁਸੀਂ ਠੀਕ ਹੋਵੋਗੇ। ਅੱਲਾਹ ਤਾਲਾ ਤੁਹਾਨੂੰ ਖੁਸ਼ ਰੱਖਣ ਔਰ ਬਹੁਤ ਸਾਰੀਆਂ ਖੁਸ਼ੀਆਂ ਤੁਹਾਨੂੰ ਦੇਣ। ਆਮੀਨ ਸੁਮਾ ਆਮੀਨ। ਮੇਰੇ ਚੈਨਲ ਦਾ ਨਾਮ ਹੈ ਸੁਹੇਲ ਜੀ। ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ, ਵੀਡੀਓਜ਼ ਨੂੰ ਲਾਈਕ ਔਰ ਸ਼ੇਅਰ ਕਰ ਦੇਣਾ, ਪਹਿਲ ਆਈਕਨ ਨੂੰ ਪ੍ਰੈਸ ਕਰ ਦੇਣਾ ਤਾਂ ਕਿ ਮੇਰੇ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ। ਇੱਕ ਹੋਰ, ਇੱਕ ਪੁਰਾਣੇ ਵਕਤਾਂ ਦੇ ਵਿੱਚ ਇਹਦੇ ਨਾਲ ਮਿਰਚਾਂ ਜਾਂ ਦਾਣਿਆਂ ਨੂੰ ਕੁੱਟਦੇ ਸਨ। ਤਕਰੀਬਨ ਇਹਨੂੰ ਕਮ ਅਜ਼ ਕਮ ਇਹਨੂੰ 70 ਸਾਲ ਹੋ ਗਏ ਹੁਣ ਇਹਨੂੰ। ਇੱਕ ਦਰਖਤ ਦਰੇਕ ਦਾ ਉਹਦੇ ਪੱਤੇ ਲੈ ਕੇ ਉਹਦੇ ਨਾਲ ਇਹਨੂੰ ਸਾਫ਼ ਕਿਆ ਕਰਨੇ ਆ। ਕਾਫ਼ੀ ਪੁਰਾਣੀ ਸੀ, ਬਾਰਿਸ਼ ਦੇ ਵਿੱਚ ਪਈ ਸੀ। ਉਹ ਬੜੀ ਭਾਰੀ ਹੈ। ਬੈਕ ਸਾਈਡ ਧੋ ਲਈਏ। ਮੰਮਾ ਪੇਸ਼ ਦਾ ਵਜ਼ਨ ਹੈ ਕੋਈ 25 ਕਿਲੋ ਵਜ਼ਨ ਹੈ ਇਹਦਾ। ਬਹੁਤ ਵਜ਼ਨੀ ਹੈ। ਪੁਰਾਣੀਆਂ ਚੀਜ਼ਾਂ ਦੀ ਅਮਲ ਤਾਂ ਲੱਭੀ ਨਹੀਂ ਹੈ, ਲੱਭ ਜਾਣ 'ਤੇ ਫਿਰ ਉਹਨਾਂ ਦੀ ਹਾਲਤ ਖਰਾਬ ਹੁੰਦੀ ਹੈ। ਪਹਿਲੇ ਜ਼ਮਾਨੇ 'ਚ ਗ੍ਰੈਂਡਰ ਮਸ਼ੀਨਾਂ ਤਾਂ ਨਹੀਂ ਸੀ ਹੁੰਦੀਆਂ, ਪਹਿਲੇ ਵਕਤਾਂ ਦੇ ਵਿੱਚ ਹੱਥ ਨਾਲ ਹੀ ਸਾਰਾ ਕੰਮ ਹੁੰਦਾ ਸੀ। ਡੰਡਾ 'ਚ ਲੈ ਕੇ ਚੱਟੂ ਹੁੰਦਾ ਸੀ, ਮਿਰਚਾਂ ਦੇ ਵਿੱਚ ਸੱਟ ਕੇ ਕੁੱਟਦੇ ਸਨ। ਨਾਲ ਹਰ ਚੀਜ਼ ਤਬਦੀਲ ਹੋ ਗਈ। ਪਹਿਲੇ ਵਕਤਾਂ 'ਚ ਲੋਕ ਹੱਲ ਚਲਾਉਂਦੇ ਸੀ, ਦੀਵਾ ਬੱਤੀ ਹੁੰਦੀ ਹੈ ਜੀ।
और फिर प्यारे भैन भाइयों, आज का वीडियो तुहानू कैसा लगा प्लीज़ मैं कमेंट्स में जरूर दसना। और इस विलाग का एंड करने हैं, इंशाल्लाह नैक्सट विलाग फिर हाजिर होवांगे। तब तक अपना बहुत ज़्यादा ख्याल रखना। अस्सलामु अलैकुम, शुक्रिया।